ਨੂੰ ਲੈ ਕੇ ਵਿਵਾਦ ਹੋਇਆ ਹੈ। ਪਿੰਡ ਰੋੜਾ ਵਾਲੀ ਹੈ ਜਿੱਥੇ ਵਿਵਾਦ ਹੋਇਆ, ਦਲਿਤ ਸਮਾਜ ਦੇ ਲੋਕਾਂ ਦਾ ਦੂਜੇ ਫਿਰਕੇ ਤੇ ਇਲਜ਼ਾਮ ਹੈ, ਅਖੰਡ ਪਾਠ ਸਾਹਿਬ ਦੇ ਲਈ ਪਾਵਨ ਸਰੂਪ ਨਹੀਂ ਦਿੱਤਾ ਗਿਆ ਤਾਂ ਉਸ ਨੂੰ ਲੈ ਕੇ ਸਾਰਾ ਵਿਵਾਦ ਹੋਇਆ ਹੈ। ਔਰ ਇਹ ਤਸਵੀਰਾਂ ਜਿਹੜੀਆਂ ਨੇ ਮੌਕੇ ਦੀਆਂ ਸਾਹਮਣੇ ਆਈਆਂ ਨੇ, ਕਿਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਬਹਿਸਬਾਜ਼ੀ ਕਿਸਮ ਦੀ ਕਰਦੇ ਹੋਏ ਨਜ਼ਰ ਆ ਰਹੇ ਨੇ। ਸਾਰਾ ਵਿਵਾਦ ਹੋ ਰਿਹਾ ਔਰ ਇਲਜ਼ਾਮ ਇਹ ਲੱਗੇ ਨੇ ਕਿ ਅਖੰਡ ਪਾਠ ਸਾਹਿਬ ਜਿਹੜੇ ਨੇ ਪਾਵਨ ਸਰੂਪ ਅਖੰਡ ਪਾਠ ਸਾਹਿਬ ਦੇ ਲਈ ਨਹੀਂ ਦਿੱਤੇ ਗਏ, ਦਲਿਤ ਸਮਾਜ ਦੇ ਲੋਕਾਂ ਦਾ ਇਹ ਦੂਜੇ ਫਿਰਕੇ ਤੇ ਇਲਜ਼ਾਮ। ਅੱਜ ਸਾਡਾ ਬਾਬੇ ਵਡਭਾਗ ਸਾਹਿਬ ਜਨਮ ਦਿਹਾੜਾ, ਦੇਖੋ ਕਿਹਨੇ ਫੜੀਆਂ ਫੜੀਆਂ, ਕਿਹਨੇ ਕਹੀਆਂ ਫੜੀਆਂ। ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ। ਅੱਜ ਸਾਡਾ ਬਾਬੇ ਵਡਭਾਗ ਸਾਹਿਬ ਜਨਮ ਦਿਹਾੜਾ, ਦੇਖੋ ਕਿਹਨੇ ਫੜੀਆਂ ਫੜੀਆਂ, ਕਿਹਨੇ ਕਹੀਆਂ ਫੜੀਆਂ। ਸਾਹਮਣੇ ਆਈਆਂ ਨੇ ਤਸਵੀਰਾਂ ਮੌਕੇ ਦੀਆਂ। ਬਿਸ਼ੰਬਰ ਬਿੱਟੂ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਬਿਸ਼ੰਬਰ, ਸਾਰਾ ਮਾਮਲਾ ਜਾਣਨਾ ਚਾਹਾਂਗੇ। ਇਲਜ਼ਾਮ ਲੱਗ ਰਹੇ ਨੇ, ਦਲਿਤ ਸਮਾਜ ਲਗਾ ਰਿਹਾ ਹੈ ਦੂਜੇ ਫਿਰਕੇ ਤੇ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਦਿੱਤੇ ਗਏ ਔਰ ਤਾਲਾ ਤੱਕ ਲਗਾਇਆ ਹੋਇਆ ਹੈ ਵੀਡੀਓ ਦੇ ਵਿੱਚ। ਕੀ ਹੈ ਹੁਣ ਤੱਕ ਸਾਰੀ ਜਾਣਕਾਰੀ? ਬਿਲਕੁਲ, ਇਹ ਜਿਹੜਾ ਗੁਰਦਾਸਪੁਰ ਦੇ ਪਿੰਡ ਰੋੜਾ ਵਾਲੀ ਦਾ ਸਾਰਾ ਮਸਲਾ ਹੈ। ਇਸ ਪਿੰਡ ਵਿੱਚ ਜਿਹੜੇ ਕਿ ਦਲਿਤ ਸਮਾਜ ਦੇ ਲੋਕ, ਜਿਹੜੇ ਸਾਸੀ ਸਮਾਜ ਦੇ ਲੋਕ ਨੇ, ਉਹਨਾਂ ਨੇ ਬਾਬਾ ਵਡਭਾਗ ਸਿੰਘ ਦੀ ਕੋਈ ਇਹਨਾਂ ਨੇ ਪ੍ਰੋਗਰਾਮ ਕਰਾਉਂਦੇ, ਉਹਦੇ ਵਾਸਤੇ ਇਹਨਾਂ ਨੇ ਅਖੰਡ ਪਾਠ ਸਾਹਿਬ ਖਵਾਉਣਾ ਸੀਗਾ, ਜਿਹਦੇ ਚੱਲ ਕੇ ਇਹਨਾਂ ਨੂੰ ਅਖੰਡ ਪਾਠ ਸਾਹਿਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਮਨਾ ਕਰਤਾ, ਜਿਹਨੂੰ ਲੈ ਕੇ ਸਾਰਾ ਵਿਵਾਦ ਹੈਗਾ। ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਜਿਹੜੇ ਉਹਨਾਂ ਲੋਕਾਂ ਦਾ ਆਰੋਪ ਆ ਵੀ ਇਹਨਾਂ ਤਾਲੇ ਵਗੈਰਾ ਲਗਾ ਲਏ, ਇਸ ਨੂੰ ਲੈ ਕੇ ਦੋਨੇ ਧੜਿਆਂ ਦਾ ਆਪਸ 'ਚ ਵਿਵਾਦ ਹੋ ਗਿਆ। ਉਹਨਾਂ ਦਾ ਕਹਿਣਾ ਜੀ ਇਹੀ, ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜੀ ਦੂਜੀ ਧਿਰ ਦਾ ਕਹਿਣਾ ਜੀ, ਗ੍ਰੰਥ ਸਾਹਿਬ ਜੀ ਤਾਂ ਨਹੀਂ ਦੇ ਰਹੀ ਬਾਬੇ ਵਡਭਾਗ ਸਿੰਘ ਦਾ ਜਿਹੜਾ ਇਹ ਅਖੰਡ ਪਾਠ ਸਾਹਿਬ ਕਰਾ ਰਹੇ, ਜਦੋਂ ਕਿ ਉਹਨਾਂ ਦਾ ਕਹਿਣਾ ਜੀ ਉੱਥੇ ਕੋਈ ਸਮਾਧ ਨਹੀਂ, ਕੋਈ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਵੀ ਜਿੱਥੇ ਅਨਾਜ ਹੋਇਆ, ਕਿਉਂਕਿ ਅਸੀਂ ਗੁਰੂ ਬਾਬਾ ਵਡਭਾਗ ਸਿੰਘ ਦੀ ਜਿਹੜੀ ਨਾਂ ਦੇ ਉੱਤੇ ਅਖੰਡ ਪਾਠ ਸਾਹਿਬ ਕਰਾ ਰਹੇ ਹਾਂ, ਜਦੋਂ ਕਿ ਇਹ ਲੰਗਰ ਵਗੈਰਾ ਲਾ ਰਹੇ ਹੋ ਹਰ ਸਾਲ ਕਰਾਉਂਦੇ ਹਾਂ, ਇਸ ਕਰਕੇ ਸਾਨੂੰ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਮਨਾ ਕਰਤਾ, ਜਿਹਦੇ ਚੱਲਦੇ ਸਾਰਾ ਵਿਵਾਦ ਹੋਇਆ। ਦੋਨੇ ਧੜੇ ਜਿਹੜੇ ਪਿੰਡ ਦੇ ਆਹਮੋ ਸਾਹਮਣੇ ਹੋਏ ਨੇ, ਦੋਨੇ ਧੜਿਆਂ ਦੇ ਜਿਹੜੇ ਨੁਮਾਇੰਦੇ ਨੇ ਉੱਥੇ ਆਗੂ ਆਪਸ 'ਚ ਬੈਠੇ ਹੋਏ ਨੇ, ਗੱਲਬਾਤ ਵਗੈਰਾ ਕਰ ਰਹੇ ਨੇ ਔਰ ਇਸ ਚੀਜ਼ ਨੂੰ ਲੈ ਕੇ ਦਲਿਤ ਸਮਾਜ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਵੀ ਜੇ ਸਾਡੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਇਹ ਦੇ ਰਹੇ, ਇਸ ਕਰਕੇ ਜੀ ਦਾ ਰੋਸ ਪਾਇਆ ਜਾ ਰਿਹਾ। ਦੂਜੀ ਘੇਰੇ ਕਹਿ ਰਹੀ ਹੈ ਜੀ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ, ਇਸ ਕਰਕੇ ਇਹਨਾਂ ਨੂੰ ਨਾਂ ਨਹੀਂ ਦੇ ਰਹੇ, ਜਿਹਦੇ ਚੱਲਦੇ ਸਾਰਾ ਵਿਵਾਦ ਹੋਇਆ ਔਰ ਆਉਣ ਵਾਲੇ ਟਾਈਮ 'ਚ ਇਹ ਵਿਵਾਦ ਅੱਗੇ ਨਾ ਵਧੇ, ਜਿਹਦੇ ਵਾਸਤੇ ਲੋਕ ਸਾਰੇ ਦੋਨੇ ਸਮਾਜ ਦੇ ਲੋਕ ਬੈਠੇ ਹੋਏ ਗੱਲਬਾਤ ਕਰ ਰਹੇ ਨੇ ਜੀ। ਠੀਕ ਹੈ, ਪੁਲਿਸ ਦੀ ਕੋਈ ਇੰਟਰਫੇਰੈਂਸ ਤਾਂ ਅਜੇ ਤੱਕ ਨਹੀਂ ਸਾਹਮਣੇ ਆਈ ਬਿਸ਼ੰਬਾ? ਨਹੀਂ, ਬਿਲਕੁਲ ਅਜੇ ਤੱਕ ਪੁਲਿਸ ਨੂੰ ਕਿਸੇ ਨੇ ਕੰਪਲੇਂਟ ਕਿਸੇ ਤੇ ਨਵੀਂ ਨਹੀਂ ਕੀਤੀ, ਅਜੇ ਤੱਕ ਫਿਲਹਾਲ ਆਪਸ 'ਚ ਬਹਿ ਕੇ ਗੱਲਬਾਤ ਕਰ ਰਹੇ ਨੇ, ਅਜੇ ਕਰਕੇ ਕੋਈ ਕੰਪਲੇਂਟ ਸਾਹਮਣੇ ਨਹੀਂ ਆਈ। ਠੀਕ ਹੈ, ਸ਼ੁਕਰੀਆ ਬਹੁਤ ਬਹੁਤ ਤਮਾਮ ਜਾਣਕਾਰੀ ਲਈ। ਤਾਂ ਅਜੇ ਤੱਕ ਪੁਲਿਸ ਦੇ ਕੋਲ ਕੋਈ ਮਾਮਲਾ ਨਹੀਂ ਪਹੁੰਚਿਆ ਹੈ, ਪਰ ਇੰਨਾ ਜ਼ਰੂਰ ਹੈ ਕਿ ਆਪਸ ਦੇ ਵਿੱਚ ਦੋਵੇਂ ਜਿਹੜੇ ਧੜੇ ਨੇ ਅਸੀਂ ਕਹਿ ਸਕਦੇ ਹਾਂ ਇਸ ਵੇਲੇ ਦੋਵੇਂ ਧਿਰਾਂ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰ ਰਹੇ ਹਾਂ।
ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ। ਅੱਜ ਸਾਡਾ ਬਾਬੇ ਵਡਭਾਗ ਸਾਹਿਬ ਜਨਮ ਦਿਹਾੜਾ, ਗੁਰਦਾਸਪੁਰ ਤੋਂ ਦਲਿਤ ਨੇਤਾ ਨੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਜੋਗਿੰਦਰਪਾਲ ਸਿੰਘ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਇਸ ਸਾਰਾ ਮਾਮਲਾ ਕੀ ਹੋਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਹੀਂ ਦਿੱਤੇ ਗਏ, ਅਖੰਡ ਪਾਠ ਸਾਹਿਬ ਕਰਾਉਣਾ ਸੀਗਾ, ਉਸ ਦੇ ਸੰਦਰਭ 'ਚ ਇਹ ਦੋਵੇਂ ਤਰ੍ਹਾਂ ਆਹਮੋ ਸਾਹਮਣੇ ਹੋਈਆਂ ਨੇ। ਜੋਗਿੰਦਰਪਾਲ ਜੀ, ਆਵਾਜ਼ ਆ ਰਹੀ ਹੈ? ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ। ਅੱਜ ਸਾਡਾ ਬਾਬੇ ਵਡਭਾਗ ਸਾਹਿਬ ਜਨਮ ਦਿਹਾੜਾ, ਦੇਖੋ ਕਿਹੜੇ ਫੜੀਆਂ ਫੜੀਆਂ ਕਿਹੜੇ ਕਹੀਆਂ ਫੜੀਆਂ ਜੋਗਿੰਦਰਪਾਲ ਸਿੰਘ ਜੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਜੋਗਿੰਦਰਪਾਲ ਜੀ, ਕਿਉਂਕਿ ਤੁਸੀਂ ਦਲਿਤ ਸਮਾਜ ਦੇ ਆਗੂ ਹੋ, ਔਰ ਇਹ ਸਾਰਾ ਵਿਵਾਦ ਇੱਕ ਪਾਸੇ ਦਲਿਤ ਸਮਾਜ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਦੂਜੇ ਫਿਰਕੇ ਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਨਹੀਂ ਦਿੱਤੇ ਗਏ ਅਖੰਡ ਪਾਠ ਸਾਹਿਬ ਦੇ ਲਈ, ਕੀ ਹੋਇਆ ਸਾਰਾ ਵਿਵਾਦ ਔਰ ਵਜ੍ਹਾ ਕੀ ਹੈ? ਮੈਮ ਜੀ, ਬਾਤ ਇਹ ਹੈ ਵੀ ਹਮਾਰੇ ਨਾ ਸਮਾਜ ਕੇ ਕੁਝ ਲੋਕ ਹੈ ਜਹਾਂ ਪਰ ਰਹਿਤੇ ਹੋਏ ਪਿੰਡ ਰੋੜਾ। ਤੁਸੀਂ ਪੰਜਾਬੀ ਚ ਗੱਲ ਕਰ ਸਕਦੇ ਹੋ ਜੋਗਿੰਦਰਪਾਲ ਜੀ? ਜੀ ਮੈਮ ਜੀ 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 ਇਹ ਗੁਰਜੋਤ ਜੀ, ਬਾਤ ਇਹ ਹੈ, ਗੱਲ ਇਹ ਆ ਵੀ ਸਾਡੇ ਨਾ ਸਮਾਜ ਦੇ ਕੁਝ ਆਦਮੀ ਪਿੰਡ ਰੋੜਾ ਵਾਲੀ ਰਹਿੰਦੇ ਨੇ ਜੀ, ਉਹ ਹਰ ਸਾਲ ਮੈਂ ਆਪਣਾ ਜੋ ਹੈ ਪ੍ਰੋਗਰਾਮ ਕਰਦੇ ਹੈ, ਸਮਾਗਮ ਕਰਾਤੇ ਹੈ, ਮਤਲਬ ਧਾਰਮਿਕ ਸਮਾਗਮ, ਵਹਾਂ ਪਰ ਕੀਰਤਨ ਹੋਤਾ ਹੈ, ਸਭੀ ਜੋ ਉਨਕੇ ਘਰ ਕੇ ਮੈਂਬਰ ਹੈ ਵਹਾਂ ਉਹਨੇ ਸਭੀ ਨੇ ਗਾਤਰੇ ਡਾ ਰੱਖੇ ਹੈ, ਅੰਮ੍ਰਿਤ ਪਾਨ ਕੀ ਤੇ ਉਹ। ਲੇਕਿਨ ਆਜ ਕੇ ਗੁਰਦੁਆਰਾ ਸਾਹਿਬ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈਣ ਗਏ ਥੇ, ਉਹਨੇ ਗੁਰੂ ਗ੍ਰੰਥ ਸਾਹਿਬ ਉਨਕੋ ਨਹੀਂ ਦਿਆ, ਜਿਸਕੀ ਵਜ੍ਹਾ ਸੇ ਉਨਕੇ ਦੋ ਤਿੰਨ ਉਹਨਾਂ ਦੇ ਦੋ ਤਿੰਨ ਬੰਦੇ ਨੇ ਜਿਨ੍ਹਾਂ ਨੇ ਮਤਲਬ ਉਹਨਾਂ ਨੂੰ ਗਲਤ ਮਤਲਬ ਲਫ਼ਜ਼ ਵੀ ਬੋਲੇ ਨੇ। ਤੁਸੀਂ ਛੋਟੇ ਲੋਕ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਜੀ ਦਾ ਉਹ ਨਹੀਂ ਕਰ ਸਕਦੇ, ਮਤਲਬ ਤੁਸੀਂ ਨਹੀਂ ਕਰ ਸਕਦੇ, ਮਰਿਆਦਾ ਤੁਹਾਨੂੰ ਨਹੀਂ ਮਿਲੇਗਾ, ਇਸ ਕਰਕੇ ਇਹਨਾਂ ਨੇ ਸਾਨੂੰ ਕਾਲ ਕੀਤੀ ਔਰ ਅਸੀਂ 70-80 ਬੰਦੇ ਲੈ ਕੇ ਇੱਥੇ ਆਏ ਹਾਂ।
ਆਪਣੀ ਜਥੇਬੰਦੀ ਦੇ 70-80 ਬੰਦੇ ਲੈ ਕੇ ਆਏ ਆ, ਜਿਨ੍ਹਾਂ ਵਿੱਚ ਪੰਜਾਬ ਦੇ ਪ੍ਰਧਾਨ ਸ੍ਰੀ ਰੌਣਕੀ ਰਾਮ ਸਾਬਕਾ ਸਰਪੰਚ, ਗੁਰਦਾਮ ਸਿੰਘ ਬਿਧੀਪੁਰ, ਮੇਜਰ ਸਿੰਘ ਕਲੇਰ, ਧਰਵੀਰ ਮਾਈਆ। ਜੋ ਜਾਣਕਾਰੀ ਮਿਲੀ ਬਾਬਾ ਬਰਭਾਗ ਸਿੰਘ ਜੀ ਦਾ ਇਹ ਜਨਮ ਦਿਹਾੜਾ ਸੀ ਜਿਸ ਨੂੰ ਤੁਸੀਂ ਮਨਾਉਣਾ ਸੀਗਾ, ਔਰ ਕੀ ਜੇਕਰ ਪਹਿਲਾਂ ਵੀ ਮਨਾਉਂਦੇ ਆਏ ਹੋ ਉਸ ਸਮੇਂ ਅਖੰਡ ਪਾਠ ਸਾਹਿਬ ਦੇ ਲਈ ਤੁਹਾਨੂੰ ਪਾਵਨ ਸਰੂਪ ਮਿਲ ਜਾਂਦੇ ਸੀ, ਇਸ ਵਾਰ ਹੀ ਮਨਾ ਕੀਤਾ ਗਿਆ ਹੈ, ਔਰ ਉਸ ਨੂੰ ਲੈ ਕੇ ਫਿਰ ਤੁਹਾਨੂੰ ਰੀਜ਼ਨ ਕੀ ਦਿੱਤਾ ਗਿਆ? ਜੀ ਮੈਮ, ਜੀ 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 ਤੋ ਕਹਿਣੇ ਕਾ ਮਤਲਬ ਹੈ ਵੀ ਅਭੀ ਜੋ ਹਮਨੇ ਪੁਲਿਸ ਕੋ ਫੋਨ ਕੀਆ ਥਾ, ਐਸ ਐਚ ਓ ਟਿੱਬੜ ਕੇ ਵੀ ਆਏ ਥੇ ਯਹਾਂ ਪਰ, ਲੇਕਿਨ ਵੋ ਵੀ ਗਏ, ਉਨਕੀ ਵਜ੍ਹਾ ਸੇ ਵੀ ਉਨਕੋ ਦੀਆ ਗਿਆ, ਉਹ ਬੋਲਦੇ ਹਮ ਨਹੀਂ ਦੇਂਗੇ, ਤੇ ਪੁਲਿਸ ਕੋ ਵੀ ਉਨਕੋ ਨੇ ਧਮਕੀ ਦੀ ਵੀ ਜੇ ਹਮ ਨਹੀਂ ਦੇਂਗੇ। ਤੇ ਹੁਣ ਤੁਸੀਂ ਕਿੱਥੇ ਇਕੱਠੇ ਹੋਏ ਹੋ? ਤੁਸੀਂ ਦੱਸ ਰਹੇ ਹੋ ਕਿ ਸਾਰੇ ਜਣੇ ਇਕੱਠੇ ਹੋਏ ਹੋ। ਜੀ, ਅਰੋੜਾ ਵਾਲੀ ਗਾਉਂ ਮੇ ਮੈਮ। ਜੀ, ਅੱਛਾ, ਅਰੋੜਾ ਵਾਲੀ ਪਿੰਡ। ਤੇ ਇਹ ਵੀ ਜਾਣਕਾਰੀ ਮਿਲੀ ਹੈ ਸਾਨੂੰ ਜੋਗਿੰਦਰਪਾਲ ਜੀ ਕਿ ਤੁਹਾਡੇ ਜਿਹੜੇ ਮਤਲਬ ਜਿਨ੍ਹਾਂ ਦੇ ਨਾਲ ਵਿਵਾਦ ਹੋਇਆ, ਦੂਜੇ ਜਿਹੜੇ ਧਿਰ ਹੈ ਉਹਨਾਂ ਦੇ ਨਾਲ ਤੁਹਾਡਾ ਸਹਿਮਤੀ ਵੀ ਚੱਲ ਰਹੀ ਹੈ, ਸਹਿਮਤੀ ਨੂੰ ਲੈ ਕੇ ਵੀ ਬੈਠਕ ਚੱਲ ਰਹੀ ਹੈ, ਕੁਝ ਏਦਾਂ ਦਾ ਵੀ ਹੈ? ਅਭੀ ਮੈਂ ਇਹ ਅਭੀ ਗੁਰਤੇਜ ਜੀ ਹਮ ਸਹਿਮਤੀ ਕੇ ਲਈ ਗਏ ਥੇ, ਲੇਕਿਨ ਉਹ ਨਹੀਂ ਮਾਨੇ, ਬੋਲਦੇ ਹਮ ਨਹੀਂ ਦੇਗੇ। ਮਤਲਬ ਜੀ ਜੀ ਹੈਲੋ। ਹਾਂਜੀ, ਤਾਂ ਸਾਫ਼ ਤੌਰ ਤੇ ਉਹ ਕਹਿ ਰਹੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦੇ ਸਕਦੇ ਤੁਹਾਨੂੰ ਖੰਡ ਪਾਠ ਸਾਹਿਬ ਦਿੱਲੀ, ਤਾਂ ਜਿਸ ਕਰਕੇ ਤੁਸੀਂ ਸਾਰੇ ਇਕੱਠੇ ਹੋ ਕੇ ਹੁਣ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰ ਰਹੇ ਹੋ ਕਿ ਅਗਲਾ ਕਦਮ ਕੀ ਹੋਏਗਾ? ਅਗਲਾ ਕਦਮ ਮੈਡਮ ਹਮਾਰਾ ਇਹ ਹੈ ਵੀ ਹਮ ਐਸ ਐਚ ਓ ਸਾਹਿਬ ਕੋ ਔਰ ਐਸ ਐਸ ਪੀ ਸਾਹਿਬ ਕੋ ਇਹ ਉਹ ਦੇਣਗੇ ਆਪਣੇ ਇਨਕਾ ਕੰਪਲੇਨ ਕਰੇਂਗੇ, ਉਹ ਲੈਟਰ ਉਹ ਦੇਣਗੇ, ਇਹ ਮਤਲਬ ਕਾਨੂੰਨੀ ਕਾਰਵਾਈ ਕਰਾਏਗੇ। ਤੇ ਤੁਹਾਨੂੰ ਹੁਣ ਤੱਕ ਕੀ ਭਰੋਸਾ ਦਿੱਤਾ ਪੁਲਿਸ ਨੇ? ਤੁਹਾਡੀ ਗੱਲਬਾਤ ਹੋਈ ਹੈ? ਹਾਂ ਹਾਂ ਮੈਮ, ਕੋਈ ਭਰੋਸਾ ਉਹ ਵੀ ਉਹ ਹਮਾਰੇ ਆਦਮੀ ਜੋ ਹੈ ਉਹ ਮਤਲਬ ਐਪਲੀਕੇਸ਼ਨ ਮਤਲਬ ਲਿਖ ਰਹੇ ਨੇ, ਇੱਕ ਦੇਣਗੇ ਵੀ ਐਸ ਐਚ ਓ ਤਿੱਬਰ ਸਾਹਿਬ ਕੋ, ਉਹ ਦੂਸਰਾ ਦੇਣਗੇ ਆਪਣੇ ਐਸ ਐਸ ਪੀ ਗੁਰਦਾਸਪੁਰ। ਇੱਕ ਸਵਾਲ ਦਾ ਜਵਾਬ ਜ਼ਰੂਰ ਦਿਓ ਜੋਗਿੰਦਰਪਾਲ ਜੀ, ਪਹਿਲਾਂ ਵੀ ਤੁਸੀਂ ਖਾਲਸਾ ਅਖੰਡ ਪਾਠ ਸਾਹਿਬ ਕਰਾਉਂਦੇ ਆਏ ਹੋ ਔਰ ਤੁਹਾਨੂੰ ਇਸ ਵਾਰ ਮਨਾ ਕੀਤਾ ਗਿਆ, ਪਹਿਲਾਂ ਪਾਵਨ ਸਰੂਪ ਦੇ ਦਿੰਦੇ ਸੀ? ਹਾਂਜੀ 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 ਹਾਂਜੀ, ਮੈਂ ਪਹਿਲਾਂ ਦੇ ਦਿੰਦੇ ਐਕਚੁਲੀ ਤੁਹਾਨੂੰ ਸ਼ਾਇਦ ਪਤਾ ਜਾਂ ਨਹੀਂ ਪਤਾ, ਹਮ ਮਾਨ ਅਰਜੀਤ ਸਿੰਘ ਜੀ ਵੰਸ਼ ਦੇ ਵਿੱਚੋਂ ਆ, ਜੇ ਸਾਹਸੀ ਬਰਾਬਰ ਬਰਾਦਰੀ ਜੋ ਹੈ ਮਾਨ ਅਰਜੀਤ ਸਿੰਘ ਦੀ ਵਾਰਿਸ ਹੈ, ਜੋ ਇਹ ਇੱਕ ਕਿਤਾਬ ਹੈ ਆਪਣੇ ਯੂਨੀਵਰਸਿਟੀ ਅੰਮ੍ਰਿਤਸਰ ਖਾਂਸੀ ਓ ਪੰਜਾਬ, ਉਹ ਅੰਮ੍ਰਿਤਸਰ ਯੂਨੀਵਰਸਿਟੀ ਮੈਂ ਹੈ, ਬਾਕੀ ਜੋ ਹਰਿਮੰਦਰ ਸਾਹਿਬ ਨੇ ਜੋ ਸੇਵਾ ਕਰਾਈ ਹੈ, ਮਹਾਰਾਜਾ ਅਰਜੀਤ ਸਿੰਘ ਸਾਹਿਬ ਨੇ ਸੋਨੇ ਕੇ ਪੱਤਰੇ ਔਰ ਗਾਗਰਾਂ ਔਰ 11 ਹਾਥੀ ਔਰ 51 ਊਠ ਵੀ ਚੜਾਏ ਥੇ। ਹਾਂ, ਅਗਰ ਬੋਲੋ ਤੇ ਮੈਂ ਹੁਣ ਕੀ ਆਪ ਮੈਂ ਗੂਗਲ ਮੇ ਚੈੱਕ ਕਰ ਲੋ ਆਪਣੇ ਮਹਾਰਾਜਾ ਅਰਜੀਤ ਸਿੰਘ ਦੀ ਹਿਸਟਰੀ। ਨਹੀਂ ਉਹ ਠੀਕ ਹੈ, ਪਹਿਲਾਂ ਤੁਹਾਨੂੰ ਇਹ ਤੁਸੀਂ ਇਹ ਕਹਿ ਰਹੇ ਹੋ ਕਿ ਪਾਵਨ ਸਰੂਪ ਮਿਲ ਜਾਂਦੇ ਸੀ, ਇਸ ਵਾਰ ਨਹੀਂ ਮਿਲੇ, ਇਹੀ ਗੱਲ ਹੈ ਜੀ? ਜੋਗਿੰਦਰ ਨਹੀਂ ਦਿੱਤਾ ਮੇਨ ਗੱਲ। ਠੀਕ ਹੈ, ਠੀਕ ਹੈ।